ਸਤਿ ਸ਼੍ਰੀ ਅਕਾਲ ਪੰਜਾਬੀਓ। ਇੰਨੀ ਰਾਤ ਨੂੰ ਮੈਨੂੰ ਲੱਗਦਾ 9:30 ਦਾ ਟਾਈਮ ਹੋਇਆ ਹੋਣਾ, ਮੈਂ ਇਸ ਕਰਕੇ ਇੰਨੀ ਰਾਤ ਤੁਹਾਡੇ ਨਾਲ ਗੱਲਬਾਤ ਕਰਨ ਲੱਗਿਆ ਕਿ ਮੈਂ ਹੁਣੇ ਘਰ ਆਇਆ। ਜਦੋਂ ਘਰ ਆ ਕੇ ਮੈਂ ਅਖਬਾਰ ਪੜ੍ਹਨ ਲੱਗਿਆ ਤਾਂ ਅਖਬਾਰ ਦੇ ਪਹਿਲੇ ਸਫ਼ੇ ਦੇ ਉੱਤੇ ਜਦੋਂ ਮੈਂ ਅਖਬਾਰ ਮੇਰੇ ਹੱਥ 'ਚ ਆ, ਦੇਖੋ ਕਿ ਮੈਂ ਅਖਬਾਰ ਦਾ ਪਹਿਲਾ ਸਫ਼ਾ ਜਦੋਂ ਦੇਖਿਆ ਤਾਂ ਉਹਦੇ 'ਤੇ ਖਬਰ ਲੱਗੀ ਹੋਈ ਸੀਗੀ ਕਿ ਹੁਣ ਸਕੂਲੀ ਬੱਚਿਆਂ ਨਾਲ ਵੀ ਖੇਡਣ ਲੱਗੀ ਹੈ ਜਿਹੜੀ ਸਰਕਾਰ। ਤਾਂ ਮੈਂ ਉਸ ਬਾਬਤ ਤੁਹਾਨੂੰ ਇਸ ਇੰਨੀ ਰਾਤ ਜਿਹੜਾ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਲਈ ਤੁਹਾਨੂੰ ਮੁਖਾਤਬ ਹੋਇਆ, ਕਿਉਂਕਿ ਮੈਨੂੰ ਲੱਗਿਆ ਕਿ ਜੇ ਕੱਲ੍ਹ ਨੂੰ ਫੇਰ ਦੇ ਨੇ, ਕਈ ਵਾਰੀ ਨਹੀਂ ਗੱਲਬਾਤ ਕੀਤੀ ਜਾਂਦੀ, ਰੁਝੇਵੇਂ ਹੁੰਦੇ ਨੇ। ਸੋ ਇਸ ਕਰਕੇ ਮੇਰਾ ਵੀਰ, ਮੈਂ ਤੁਹਾਨੂੰ ਜਿਹੜੀ ਗੱਲ ਦੱਸਣੀ ਚਾਹੁੰਦਾ ਇਹ 'ਤੇ ਜ਼ਰੂਰ ਗੌਰ ਕਰਿਓ ਅਤੇ ਇਹ ਅੱਗੇ ਪਹੁੰਚਾ ਦਿਓ ਇਹ ਗੱਲਬਾਤ, ਤਾਂ ਕਿ ਹਰ ਬੰਦੇ ਨੂੰ ਪਤਾ ਲੱਗ ਸਕੇ। ਹੁਣ ਜਿਹੜੀ ਆਪਾਂ ਦੇਖ ਰਹੇ ਹਾਂ ਲਗਾਤਾਰ, ਜਾਂ ਸੁਣ ਰਹੇ ਹਾਂ ਜਾਂ ਪੜ੍ਹ ਰਹੇ ਹਾਂ ਕਿ ਲਗਾਤਾਰ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਜਿਹੜਾ ਨਾਗਰਿਕਤਾ ਸੋਧ ਕਾਨੂੰਨ ਹੈ CAA, ਉਹਦੇ ਉੱਤੇ ਲੈ ਕੇ ਬੜਾ ਵੱਡਾ ਰੌਲਾ ਜਿਹੜਾ ਉਹ ਪੂਰੇ ਭਾਰਤ ਦੇ ਵਿੱਚ ਪੈ ਰਿਹਾ। ਬਹੁਤ ਵੱਡੀ ਪੱਧਰ ਦੇ ਮੁਜ਼ਾਹਰੇ ਜਿਹੜੇ ਹੋ ਰਹੇ ਨੇ ਯੂਨੀਵਰਸਿਟੀਆਂ 'ਚ, ਵੱਖ ਵੱਖ ਸੂਬਿਆਂ ਦੇ ਵਿੱਚ ਸੜਕਾਂ 'ਤੇ ਲੋਕ ਉਤਰੇ ਹੋਏ ਨੇ, ਪੰਜਾਬ ਦੇ ਵਿੱਚ ਵੀ ਬੜੀ ਵੱਡੀ ਪੱਧਰ 'ਤੇ ਜਿਹੜੇ ਮੁਜ਼ਾਹਰੇ ਹੋਏ ਨੇ। ਸੋ ਉਸ ਨੂੰ ਲੈ ਕੇ ਹੁਣ ਦੇਖੋ ਇਹ ਕਿਸ ਤਰੀਕੇ ਨਾਲ ਸਾਡੇ ਨਾਲ ਮਤਲਬ ਕਿ ਖੇਡਣ ਦੀ ਇਹ ਕੋਸ਼ਿਸ਼ ਕਰ ਰਹੇ ਨੇ, ਜਾਂ ਕਿਵੇਂ ਸਾਨੂੰ ਜਿਹੜਾ ਇਹਨਾਂ ਨੇ ਅਲਝਾ ਕੇ ਸਾਨੂੰ ਪਤਾ ਵੀ ਨਹੀਂ ਲੱਗਣ ਦਿੰਦੇ। ਇਹਨਾਂ ਨੇ ਕੀ ਕੀਤਾ, ਇਹ ਇੱਕ ਧਨੌਲੇ ਦੀ ਖਬਰ ਹੈ। ਧਨੌਲਾ ਜ਼ਿਲ੍ਹੇ ਬਰਨਾਲੇ ਦੇ ਵਿੱਚ ਪਿੰਡ ਪੈਂਦਾ, ਉੱਥੋਂ ਦਾ ਇੱਕ ਸਕੂਲ ਆ ਲਾਲਾ ਜਗਨਨਾਥ ਸਰਵ ਹਿਤਕਾਰੀ ਵਿੱਦਿਆ ਮੰਦਿਰ। ਉਸ ਸਕੂਲ ਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਇੱਕ ਕੱਪੜਾ ਲਿਆ, ਉਸ ਕੱਪੜੇ ਦੇ ਉੱਤੇ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਦੇ ਵਿੱਚ ਜਿਹੜੇ ਜਵਾਕ ਪੜ੍ਹਦੇ ਸੀ ਉਸ ਸਕੂਲ ਦੇ ਵਿੱਚ, ਉਹ ਉਹਨਾਂ ਦੇ ਦਸਤਖਤ ਕਰਾਉਣੇ ਸ਼ੁਰੂ ਕੀਤੇ, ਇੱਕ ਮੁਹਿੰਮ ਚਲਾਈ ਇਹਨਾਂ ਨੇ ਸਕੂਲਾਂ ਦੇ ਵਿੱਚ। ਕਿਹਾ ਦੇਖੋ ਜੀ, ਤੁਸੀਂ ਕਹਿੰਦੇ ਹੈ ਕਿ ਪੰਜਾਬ ਦੇ ਲੋਕ ਜਾਂ ਹੋਰ ਵਿਰੋਧ 'ਚ ਨੇ, ਪਰ ਲੋਕ ਤਾਂ ਹੱਕ 'ਚ ਨੇ, ਅਤੇ ਇਸ ਲਈ ਇਹਨਾਂ ਨੇ ਇਹ ਕੰਮ ਕੀਤਾ ਕਿ ਇੱਕ ਕੱਪੜੇ ਦੇ ਉੱਤੇ ਦਸਤਖਤ ਕਰਾਉਣੇ ਸ਼ੁਰੂ ਕੀਤੇ ਨੇ, ਨਾਲ ਇੱਕ ਫਾਰਮ ਭਰਾਇਆ ਗਿਆ ਜਵਾਕਾਂ ਤੋਂ। ਤਾਂ ਜਦੋਂ ਉਹਨਾਂ ਜਵਾਕਾਂ ਨੇ ਘਰ ਜਾ ਕੇ ਆਪਣੇ ਗੱਲ ਕੀਤੀ ਮਾਂ ਪਿਓ ਨੂੰ, ਤਾਂ ਮਾਂ ਪਿਓ ਨੇ ਇਕੱਠੇ ਹੋ ਕੇ ਕਈ ਜਥੇਬੰਦੀਆਂ ਨਾਲ ਗੱਲ ਕੀਤੀ, ਜਥੇਬੰਦੀਆਂ ਨੇ ਗੱਲ ਕਰਕੇ ਸਕੂਲ 'ਚ ਆਏ ਰੌਲਾ ਪੈ ਗਿਆ। ਰੌਲਾ ਪਾਉਣ ਤੋਂ ਬਾਅਦ ਪ੍ਰਿੰਸੀਪਲ ਨੇ ਮੰਨਿਆ ਕਿ ਹਾਂ, ਸਾਨੂੰ ਕੁਛ ਫਾਰਮ ਜਿਹੜੇ ਆਏ ਨੇ ਵੀ ਆਹ ਫਾਰਮ ਤੁਸੀਂ ਭਰਾ ਕੇ ਭੇਜੋ ਕਾਨੂੰਨ ਦੇ ਹੱਕ ਦੇ ਵਿੱਚ। ਤਾਂ ਉਦੋਂ ਬਾਅਦ ਲੋਕਾਂ ਨਾਲ ਜਦੋਂ ਤਲਖੀ ਲੋਕਾਂ ਦੀ ਵਧੀ, ਉੱਥੇ ਪੁਲਿਸ ਪਹੁੰਚ ਗਈ ਅਤੇ ਸਾਰਾ ਜਿਹੜਾ ਕੱਪੜਾ ਸੀਗਾ ਜਿਹਦੇ ਉੱਤੇ ਦਸਤਖਤ ਕਰਾਏ ਹੋਏ ਸੀ ਜਵਾਕਾਂ ਦੇ, ਅਤੇ ਜਿਹੜੇ ਫਾਰਮ ਸੀਗੇ ਭਰਾਏ ਹੋਏ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਦੇ ਵਿੱਚ, ਉਹ ਇਹਨਾਂ ਨੇ ਉਹ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਕੇ ਇੱਕ ਵਾਰੀ ਤਾਂ ਮਾਮਲੇ ਨੂੰ ਜਿਹੜਾ ਉਹ ਰਫਾ ਦਫਾ ਕਰ ਦਿੱਤਾ ਗਿਆ। ਪਰ ਮੈਂ ਤੁਹਾਡੇ ਅੱਗੇ ਇਹੀ ਗੁਜ਼ਾਰਿਸ਼ ਬੇਨਤੀ ਕਰਦਾ ਕਿ ਯਾਰ, ਅਸੀਂ ਮਾੜਾ ਮੋਟਾ ਗੌਰ ਰੱਖਿਆ ਕਰੋ। ਅਸੀਂ ਇੱਕ ਵਾਰੀ ਜਵਾਕ ਨੂੰ ਸਕੂਲ 'ਚ ਪੜ੍ਹਨ ਪਾ ਦਿੰਦੇ ਹਾਂ ਅਤੇ ਮੁੜ ਕੇ ਸਾਰਾ ਸਾਰਾ ਸਾਲ ਅਸੀਂ ਪੁੱਛਦੇ ਨਹੀਂ ਹੈ ਕਿ ਸਾਡੇ ਜਵਾਕ ਨੂੰ ਕੀ ਪੜ੍ਹਾਇਆ ਜਾ ਰਿਹਾ ਜਾਂ ਸਕੂਲ ਦੇ ਵਿੱਚ ਕੀ ਹਾਲਾਤ ਨੇ। ਸੋ ਖਾਸ ਕਰਕੇ ਜਿੰਨੇ ਵੀ ਸਰਵ ਹਿਤਕਾਰੀ ਵਿੱਦਿਆ ਮੰਦਿਰ ਦੇ ਸਕੂਲ ਹੈ ਪੰਜਾਬ ਦੇ ਵਿੱਚ, ਘੱਟੋ ਘੱਟ ਇਹ 250 ਦੇ ਨੇੜੇ ਤੇੜੇ ਸਕੂਲ ਹੈਗਾ, ਇਹ ਸਾਰੇ ਸਕੂਲ RS ਦੇ ਹੈ, ਇਹ ਗੱਲ ਖਾਸ ਗੌਰ ਰੱਖਿਓ। ਤੁਹਾਡੇ ਜਵਾਕ ਜਿੰਨਾ ਵੀ ਸਕੂਲਾਂ 'ਚ ਪੜ੍ਹਦੇ ਆ, ਘਰ ਆਉਣ 'ਤੇ ਜਵਾਕਾਂ ਨੂੰ ਇੱਕ ਵਾਰੀ ਜ਼ਰੂਰ ਪੁੱਛਿਆ ਕਰੋ ਕਿ ਤੁਹਾਨੂੰ ਕੋਈ ਕਿਸੇ ਪ੍ਰਕਾਰ ਦਾ ਫਾਰਮ ਤਾਂ ਨਹੀਂ ਭਰਾਇਆ ਗਿਆ, ਕੋਈ ਵਾਧੂ ਫਾਰਮ ਪੜ੍ਹਾਈ ਨਾਲ ਸੰਬੰਧਿਤ, ਉਹ ਅਲੱਗ ਗੱਲ ਹੈ, ਕੋਈ ਇਸ ਤੋਂ ਇਲਾਵਾ ਕੋਈ ਫਾਰਮ ਤਾਂ ਨਹੀਂ ਭਰਾਏ ਜਾਂਦੇ, ਤੁਹਾਨੂੰ ਕੁਛ ਹੋਰ ਦੱਸਿਆ ਤਾਂ ਨਹੀਂ ਜਾਂਦਾ। ਹੁਣ ਤੁਹਾਨੂੰ ਮੈਂ ਇੱਕ ਹੋਰ ਦੱਸਦਾ ਗੱਲ, ਗੁਰੂ ਨਾਨਕ ਸਕੂਲ ਦੀ ਮੈਂ ਗੱਲ ਕਰਨ ਲੱਗਿਆ। ਗੁਰੂ ਨਾਨਕ ਸਕੂਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਨਾ ਇੱਕ
ਸੈਮੀਨਾਰ ਰੱਖਿਆ ਗਿਆ ਏਡਜ਼ ਦੇ ਉੱਤੇ। ਕੋਈ ਬੰਦਾ ਸੈਮੀਨਾਰ ਦੇ ਉੱਤੇ ਕੋਈ ਬਾਹਰੋਂ ਬੰਦਾ ਆਇਆ, ਉਹਨੇ ਆਪਣਾ ਲੈਕਚਰ ਦਿੱਤਾ ਅਤੇ ਜਾਂਦਾ ਜਾਂਦਾ ਜਵਾਕਾਂ ਨੂੰ ਸਾਵਰਕਰ ਦੀਆਂ ਕਿਤਾਬਾਂ ਵੰਡ ਗਿਆ। ਉਹ ਜਦੋਂ ਇੱਕ ਮੇਰਾ ਸਾਥੀ ਨੇ ਮੈਨੂੰ ਦੱਸਿਆ ਉੱਥੇ ਜਾ ਕੇ, ਕਹਿੰਦਾ ਯਾਰ ਐਂ ਕਰਕੇ ਉੱਥੇ ਅਸੀਂ ਪਤਾ ਕੀਤਾ ਕਿ ਜਵਾਕਾਂ ਨੂੰ ਸਾਵਰਕਰ ਦੀਆਂ ਜਿਹੜੀਆਂ ਕਿਤਾਬਾਂ ਹੈਗੀਆਂ ਉਹ ਵੀ ਆ ਤੁਸੀਂ ਆਹ ਪੜ੍ਹਿਆ ਕਰੋ, ਇਹ ਸਾਡੇ ਦੇਸ਼ ਦੇ ਯੋਧੇ ਨੇ। ਸੋ ਇਹ ਬੜੀਆਂ ਗੜਬੜਾਂ ਹੋ ਰਹੀਆਂ ਨੇ ਸਾਡੇ, ਸਾਡੀਆਂ ਜਵਾਕਾਂ ਰੱਖ ਲਓ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਰੱਖ ਲਓ, ਉਹਨਾਂ ਦਾ ਜੜਾਂ 'ਚ ਤੇਲ ਪਾਇਆ ਜਾ ਰਿਹਾ ਅਤੇ ਅਸੀਂ ਸੁੱਤੇ ਘੂਕ ਪਏ ਹਾਂ। ਸੋ ਭਰਾਵੋ ਜੇ ਸਾਡੀਆਂ ਜੜਾਂ 'ਚ ਤੇਲ ਪੈ ਗਿਆ ਆਉਣ ਵਾਲੀਆਂ ਪੀੜ੍ਹੀਆਂ ਦੇ, ਤਾਂ ਇਹ ਜੜਾਂ ਨੇ ਤੁਹਾਨੂੰ ਪਤਾ ਹੀ ਹੈ ਫਿਰ ਹਰੀਆਂ ਨਹੀਂ ਰਹਿਣਾ। ਇਹੀ ਸਾਡੇ ਬੂਟੇ ਨੇ ਜਿਹਨਾਂ ਨੇ ਹਰੇ ਭਰੇ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਮਾਜ ਨੂੰ, ਸਾਡੇ ਪੰਜਾਬ ਨੂੰ, ਪੰਜਾਬੀਅਤ ਨੂੰ ਬਚਾਉਣਾ। ਸੋ ਮੇਰਾ ਵੀਰ, ਮੈਂ ਇਸੇ ਕਰਕੇ ਅੱਧੀ ਰਾਤ ਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨ ਲੱਗਿਆ ਕਿ ਇਹ ਕੱਲ੍ਹ ਦੀ ਜਿਹੜੀ ਧਨੌਲਾ ਪਿੰਡ ਦੀ ਘਟਨਾ ਹੈਗੀ ਜ਼ਿਲ੍ਹਾ ਬਰਨਾਲਾ ਦੇ ਵਿੱਚ, ਜਿੱਥੇ ਕਿਤੇ ਵੀ ਤੁਹਾਡੇ ਜਿਹੜੇ ਜੀ ਸਕੂਲ ਦੇ ਵਿੱਚ ਤੁਹਾਡੇ ਜਵਾਕ ਪੜ੍ਹਦੇ ਹੈ, ਘਰ ਆਉਣ 'ਤੇ ਇੱਕ ਵਾਰੀ ਜ਼ਰੂਰ ਸਕੂਲ ਦੇ ਜਵਾਕਾਂ ਨੂੰ ਪੁੱਛਿਆ ਕਰੋ ਕਿ ਤੁਹਾਨੂੰ ਅੱਜ ਸਕੂਲ ਦੇ ਵਿੱਚ ਤੁਹਾਡੇ ਨਾਲ ਕਿਹੜਾ ਟੀਚਰ ਜਾਂ ਕੋਈ ਉੱਥੋਂ ਦਾ ਜਿਹੜੇ ਪ੍ਰਬੰਧਕ ਨੇ ਜਾਂ ਕੋਈ ਬਾਹਰੋਂ ਜਿਹੜੇ ਇਹ ਬੁਲਾਰੇ ਬੁਲਾ ਲੈਂਦੇ ਨੇ, ਕੀ ਤੁਹਾਨੂੰ ਗੱਲਾਂ ਦੱਸ ਕੇ ਗਏ ਨੇ, ਕੀ ਸਮਝਾਇਆ ਜਾ ਰਿਹਾ ਕਦੇ ਸਾਡੇ ਜਵਾਕਾਂ ਦੇ ਦਿਮਾਗ ਦੇ ਵਿੱਚ। ਪਤਾ ਨਹੀਂ, ਤੁਸੀਂ ਹਿਸਾਬ ਲਾ ਲਓ ਕਿ ਇਹ ਐਸੀ ਅਸੀਂ ਸੋਚ ਨਹੀਂ ਸਕਦੇ, ਜਿਹੜੀ ਜਿਹੜੀ ਸਕੀਮ ਦੇ ਨਾਲ ਇਹ ਸਾਨੂੰ ਖਤਮ ਕਰਨ ਦੇ ਤੁਰੇ ਹੋਏ ਆ, ਅਸੀਂ ਸੋਚ ਨਹੀਂ ਸਕਦੇ। ਅਸੀਂ ਤਾਂ ਉਹ ਗੱਲ ਆ ਕਿ ਕੜਾਹ ਖਾ ਕੇ ਅਤੇ ਜਕਾਰੇ ਛੱਡਣ ਵਾਲੀ ਰਹਿ ਗਏ, ਅਤੇ ਪਰ ਜਿਹੜੀ ਬਰੀਕੀ ਨਾਲ ਇਹਨਾਂ ਨੇ ਸਾਡੀਆਂ ਜੜ੍ਹਾਂ ਨੂੰ ਦਾਤੀ ਪਾ ਲਈ ਹੈ, ਅਤੇ ਉਹ ਦਿਨ ਦੂਰ ਨਹੀਂ ਜੀ ਅਸੀਂ ਨਾ ਸੰਭਲੇ ਤਾਂ ਫਿਰ ਸਾਡਾ ਖਾਤਮਾ ਤੈਅ ਹੈ। ਸੋ ਮੇਰਾ ਵੀਰੇ, ਇਹ ਗੱਲ ਦੀ ਮੈਂ ਵਾਰ ਵਾਰ ਤੁਹਾਨੂੰ ਬੇਨਤੀ ਕਰਦਾ, ਜਵਾਕਾਂ ਦੇ ਸਕੂਲਾਂ 'ਚ ਵੀ ਘੱਟੋ ਘੱਟ ਮਹੀਨੇ ਦੋ ਮਹੀਨੇ ਬਾਅਦ ਗੇੜਾ ਮਾਰ ਕੇ ਆਇਆ ਕਰੋ, ਜਵਾਕਾਂ ਨੂੰ ਪੁੱਛਿਆ ਵੀ ਕਰੋ ਇਹ ਗੱਲਾਂ ਬਾਤਾਂ। ਸੋ ਧੰਨਵਾਦ ਸਾਰਿਆਂ ਦਾ ਮੇਰਾ ਵੀਰ, ਜਿੰਨੇ 'ਚ ਤੁਸੀਂ ਦੇਖ ਰਹੇ ਸੀਗੇ ਬੰਦੇ, ਅਤੇ ਇਹਨੂੰ ਗੱਲਬਾਤ ਨੂੰ ਅੱਗੇ ਪਹੁੰਚਾ ਦਿਓ ਤਾਂ ਕਿ ਪੰਜਾਬ ਦੇ ਸਾਰੇ ਜਵਾਕ ਸਕੂਲਾਂ 'ਚ ਪੜ੍ਹਦੇ ਨੇ, ਹਰ ਮਾਂ ਪਿਓ ਕੋਲ ਤੱਕ ਇਹ ਗੱਲ ਜਾਵੇ, ਹਰ ਭੈਣ ਭਰਾ ਤੱਕ ਇਹ ਗੱਲ ਜਾਵੇ, ਤਾਂ ਕਿ ਉਹ ਸਾਰੀ ਜਿਹੜੀ ਇਹ ਇਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਜਵਾਕਾਂ ਬਾਰੇ ਰੱਖੋ। ਮੈਂ ਫਿਰ ਦੱਸ ਦਿੰਦਾ, ਬਰਨਾਲਾ ਦੇ ਵਿੱਚ ਘਟਨਾ ਵਾਪਰੀ ਹੈ, ਪਰ ਇੱਕ ਵਾਰੀ ਪੁਲਿਸ ਨੇ ਮਾਮਲਾ ਇਹ ਦਬਤਾ। ਅਸੀਂ ਕੱਲ੍ਹ ਨੂੰ ਜਾ ਕੇ ਉੱਥੇ ਮੇਰੀ ਕੁਛ ਬੰਦਿਆਂ ਨਾਲ ਗੱਲ ਵੀ ਹੋਈ, ਅਸੀਂ ਪੜਤਾਲ ਵੀ ਇਸ ਮਸਲੇ ਦੀ ਕਰਦੇ ਹਾਂ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ, ਅਤੇ ਜਿਹੜਾ ਵੀ ਸਕੂਲ ਇਸ ਤਰ੍ਹਾਂ ਕਰਦਾ ਹੈ, ਖਿਲਵਾੜ ਕਰ ਰਿਹਾ ਸਾਡੇ ਨਾਲ ਬਿਨਾਂ ਦੱਸੇ ਸਾਨੂੰ ਧੋਖੇ 'ਚ ਰੱਖ ਕੇ। ਇੱਕ ਹੋਰ ਮੇਰਾ ਵੀਰ, ਤੁਹਾਨੂੰ ਮੈਂ ਵਾਰ ਵਾਰ ਬੇਨਤੀ ਕਰਦਾ ਹੁੰਦਾ, ਜਿਹੜੀ ਟਿੱਪਣੀਆਂ ਕਰਨੀਆਂ ਹੁੰਦੀਆਂ ਪੰਜਾਬੀ 'ਚ ਕਰਦਾ ਕਰੋ ਭਰਾ ਬਣ ਕੇ। ਸੋ ਧੰਨਵਾਦ, ਜ਼ਰੂਰ ਗੌਰ ਕਰਿਓ ਅਤੇ ਅੱਗੇ ਵੱਧ ਤੋਂ ਵੱਧ ਇਹਨੂੰ ਪਹੁੰਚਾ ਰਿਹੋ ਤਾਂ ਕਿ ਹਰ ਪੰਜਾਬ ਦੇ ਮਾਂ ਬਾਪ ਕੋਲ ਗੱਲ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।